ਅੱਜ ਮੇਰੇ ਨਾਲ ਬਹੁਤ ਵੱਡਾ ਸਰਪ੍ਰਾਈਜ਼ ਹੈ ਬਈ, ਮੈਂ ਤਾਂ ਖੁਸ਼ ਹੋ ਗਈ ਉਹਨਾਂ ਨੂੰ ਦੇਖ ਕੇ, ਤੇ ਮੇਰੇ ਖਿਆਲ ਦੇ ਵਿੱਚ ਤੁਸੀਂ ਵੀ ਖੁਸ਼ ਹੋ ਜਾਓਗੇ, ਤੇ ਇਹ ਸਰਪ੍ਰਾਈਜ਼ ਹੁਣ ਥੋੜਾ ਜਿਹਾ ਘੱਟ ਕਰੀਏ। ਚਲੋ ਜੀ, ਕਰਦੇ ਕੈਮਰਾ ਥੋੜਾ ਜਿਹਾ ਇਧਰ ਘੁਮਾ ਦਿਓ ਜੀ। ਸੋ ਜੀ, ਕੈਮਰਾ ਘੁੰਮ ਗਿਆ, ਤੇ ਮੇਰੇ ਨਾਲ ਨੇ ਜੀ ਹੈਂਡਸਮ ਹੰਕ ਜਿਮੀ ਸ਼ੇਰਗਿੱਲ। ਸੋ ਨਾਲ ਦੀ ਨਾਲ ਜਸ ਗਰੇਵਾਲ ਜੀ, ਜੋ ਕਿ ਬਹੁਤ ਵੱਡੇ ਰਾਈਟਰ ਨੇ, ਬੜੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਲਿਖਦੇ ਨੇ, ਤੇ ਹੁਣ ਇਹ ਬਹੁਤ ਹੀ ਸੋਹਣੀ ਜਿਹੀ ਮੂਵੀ ਲੈ ਕੇ ਆਏ ਨੇ, ਦਾਣਾ ਪਾਣੀ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹੋਣ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਗੱਲ ਕਰੀਏ ਟ੍ਰੇਲਰ ਦੀ, ਤੇ ਟ੍ਰੇਲਰ ਬੜਾ ਸਸਪੈਂਸ ਵੀ ਬਣਿਆ ਹੋਇਆ ਕਿਤੇ ਨਾ ਕਿਤੇ ਇਸ ਦੇ ਵਿੱਚ, ਤੇ ਤੁਸੀਂ ਇਸ ਮੂਵੀ ਨੂੰ ਲਿਖਿਆ ਹੈ, ਤੇ ਤੁਸੀਂ ਇਸ ਮੂਵੀ ਨੂੰ ਕੀਤਾ ਹੈ, ਤੇ ਕੀ ਹੈ ਸਟੋਰੀ ਬੇਸਿਕ ਦੇ ਵਿੱਚ, ਇੰਨਾ ਸਸਪੈਂਸ ਜਿਹੜਾ ਹੈ ਖੁੱਲੇਗਾ ਮੂਵੀ ਦੇ ਵਿੱਚ ਜਾ ਕੇ? ਹਾਂਜੀ, ਮੂਵੀ ਦੇ ਵਿੱਚ ਖੁੱਲੇਗਾ ਜੀ, ਸਸਪੈਂਸ ਜਾ ਕੇ ਜੀ। ਅਸੀਂ 2 ਦਿਨ ਰਹਿ ਗਏ ਨੇ ਜੀ, 2 ਦਿਨ ਰਹਿ ਗਏ ਨੇ ਅਸੀਂ, ਮਤਲਬ ਟ੍ਰੇਲਰ 'ਚ ਤਾਂ ਜਾਣ ਬੁੱਝ ਕੇ ਸਸਪੈਂਸ ਰੱਖਿਆ ਕਿ ਬੰਦਿਆਂ ਦੀ ਕਿਉਰਿਓਸਿਟੀ ਬਣੇ। ਓਕੇ, ਸਸਪੈਂਸ ਜਾ ਕੇ ਵਿੱਚ ਖੁੱਲੇਗਾ ਜੀ, ਤੇ ਪਹਿਲਾਂ ਦੱਸ ਨਹੀਂ ਸਕਦੇ, 2 ਦਿਨ ਬਾਅਦ ਆਪਾਂ ਪਤਾ ਲੱਗ ਜਾਣਾ। ਠੀਕ ਹੈ ਜੀ, ਠੀਕ ਹੈ। ਤੇ ਜਿਵੇਂ ਕਿ ਜਦੋਂ ਤੁਹਾਨੂੰ ਇਹ ਮੂਵੀ ਆਫਰ ਹੋਈ ਸੀਗੀ, ਇਹ ਹੁੰਦਾ ਨਾ ਕਿ ਜਦੋਂ ਕੋਈ ਮੂਵੀ ਆਫਰ ਹੁੰਦੀ ਹੈ, ਤੁਸੀਂ ਪੰਜਾਬ ਦੇ ਵਿੱਚ ਆਉਂਦੇ ਹੋ, ਤੇ ਫਿਰ ਕੀ ਇਸ ਮੂਵੀ ਦੇ ਵਿੱਚ ਖਾਸ ਕਰਕੇ ਕੀ ਅਟਰੈਕਟ ਕੀਤਾ ਕਿ ਮੈਂ ਹੁਣ ਜੀ ਆਹ ਮੂਵੀ ਕਰਨੀ ਹੈਗੀ ਹੈ, ਦਾਣਾ ਪਾਣੀ ਖਾਸ ਕਰਕੇ? ਆਏ ਸੀ ਜੀ ਜਸ ਅਤੇ ਤਰਨ ਮੇਰੇ ਕੋਲ ਆਏ ਸੀ ਨਰੇਟ ਕਰਨ ਲਈ, ਮੈਂ ਕਿਸੇ ਹੋਰ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਦਿੱਲੀ 'ਚ। ਓਕੇ, ਉੱਥੇ ਆਏ ਅਤੇ ਇਹਨਾਂ ਨੇ ਕਹਾਣੀ ਸੁਣਾਈ, ਅਤੇ ਮੈਂ ਓਬਵੀਅਸਲੀ ਇਹਨਾਂ ਨੂੰ ਬਹੁਤ ਚਿਰ ਦਾ ਜਾਣਦਾ, ਅਤੇ ਮੈਂ ਅਤੇ ਜਸ ਨੇ ਤਾਂ ਕਈ ਵਾਰੀ ਪਹਿਲਾਂ ਵੀ ਗੱਲਾਂ ਕੀਤੀਆਂ ਸੀਗੀਆਂ ਵੀ ਕਿਹੜੀ ਹੁਣ ਕੋਈ ਕਹਾਣੀ ਇਹੋ ਜਿਹੀ ਹੋਏ ਜਿਹੜੀ ਕਿ ਅਸੀਂ ਬਣਾਈਏ, ਯੇ ਵੋ, ਪਰ ਫਿਰ ਇੱਕ ਲਖਤ ਬਸ ਪਹੁੰਚੇ ਅਤੇ ਕਹਿੰਦੇ ਨੇ ਵੀ ਇੱਕ ਕਹਾਣੀ ਹੈਗੀ ਹੈ ਸਾਡੇ ਕੋਲ, ਸਾਡਾ ਡ੍ਰੀਮ ਪ੍ਰੋਜੈਕਟ ਹੈ ਵੀ ਅਸੀਂ ਚਾਹੁੰਦੇ ਹਾਂ ਵੀ ਇਹ ਫਿਲਮ ਅਸੀਂ ਬਣਾਈਏ, ਅਤੇ ਅਸੀਂ ਆਪ ਪ੍ਰੋਡਿਊਸ ਕਰ ਰਹੇ ਹਾਂ ਇਸ ਫਿਲਮ ਨੂੰ, ਅਤੇ ਅਸੀਂ ਚਾਹੁੰਦੇ ਵੀ ਤੁਸੀਂ ਕਰੋ, ਅਤੇ ਇਹਨਾਂ ਨੇ ਸੁਣਾਈ ਕਹਾਣੀ, ਅਤੇ ਆਈ ਥਿੰਕ ਮੈਨੂੰ ਲੱਗਦਾ ਉਹ ਪਹਿਲੀ ਸਿਟਿੰਗ ਦੇ ਵਿੱਚ ਹੀ ਹੋ ਗਿਆ ਸੀ, ਮੈਂ ਯੈਸ ਕਰਤੀ ਸੀ, ਮੈਂ ਕਿਹਾ ਮੈਂ ਕਰ ਰਿਹਾ। ਅਤੇ ਜਸ ਜਿਵੇਂ ਕਿ ਤੁਸੀਂ ਰੱਬ ਦਾ ਰੇਡੀਓ ਇਸ ਤੋਂ ਪਹਿਲਾਂ ਮੂਵੀ ਲਿਖੀ ਸੀਗੀ, ਅਤੇ ਉਹ ਵੀ ਇੱਕ ਪੀਰੀਅਡ ਮੂਵੀ ਸੀਗੀ, ਅਤੇ ਇਹ ਵੀ ਇੱਕ ਪੀਰੀਅਡ ਮੂਵੀ ਹੈਗੀ ਆ, ਅਤੇ ਕੀ ਤੁਹਾਨੂੰ ਮਤਲਬ ਕਿ ਇੱਕ ਰਾਈਟਰ ਨੂੰ ਹੁੰਦਾ ਨਾ ਉਹਦੀ ਸੋਚ ਹੁੰਦੀ ਹੈ ਕਿ ਮੈਂ ਜੀ ਇੱਦਾਂ ਦੀਆਂ ਮੂਵੀਜ਼ ਲਿਖਣੀਆਂ ਜਾਂ ਇੱਦਾਂ ਦੀਆਂ ਮੂਵੀਜ਼ ਲਿਖਣੀਆਂ ਜਿਹੜੀਆਂ ਉਹਨੂੰ ਜ਼ਿਆਦਾ ਵਧੀਆ ਲੱਗਦੀਆਂ ਨੇ? ਸੋ ਮੇਰੇ ਖਿਆਲ ਵਿੱਚ ਤੁਹਾਡਾ ਟੇਸਟ ਜਿਹੜਾ ਪੀਰੀਅਡ ਮੂਵੀਜ਼ ਦਾ ਹੀ ਆ, ਜਾਂ ਫਿਰ ਇਸ ਤੋਂ ਡਿਫਰੈਂਟ ਵੀ ਕੁਝ ਕਰਨਾ ਚਾਹੋਗੇ ਕਿ ਪੀਰੀਅਡ ਹੀ ਮੂਵੀ ਬਣਾਉਣੀਆਂ ਨੇ? ਨਹੀਂ, ਇਹੋ ਜਿਹਾ ਕੁਛ ਨਹੀਂ ਕਿ ਮੇਰਾ ਟੇਸਟ ਸਿਰਫ ਪੀਰੀਅਡ ਦਾ ਹੀ ਆ, ਸਾਡੀਆਂ ਜਿਹੜੀਆਂ ਅੱਗੇ ਮੂਵੀਜ਼ ਨੇ ਉਹ ਪੀਰੀਅਡ ਨਹੀਂ ਹੈਗੀਆਂ। ਪਤਾ ਨਹੀਂ, ਮੈਨੂੰ ਇਹ ਪਤਾ ਕਿ ਇਮੋਸ਼ਨਲ ਅਤੇ ਫੈਮਿਲੀ ਮੂਵੀਜ਼ ਬਣਾਉਣੀਆਂ ਚਾਹੀਦੀਆਂ ਨੇ, ਜਾਂ ਮੈਂ ਜਿਸ ਜੋਨਰ 'ਚ ਚੱਲ ਰਿਹਾ ਅੱਜ ਕੱਲ੍ਹ, ਮੇਰੀ ਸੋਚ ਉਹ ਇਮੋਸ਼ਨਲ ਅਤੇ ਫੈਮਿਲੀ ਹੈ, ਅਤੇ ਪੀਰੀਅਡ ਸ਼ਾਇਦ ਇੱਕ ਬਹੁਤ ਸੋਹਣੀ ਜਗ੍ਹਾ ਹੁੰਦੀ ਆ ਇਮੋਸ਼ਨਸ ਨੂੰ ਅਤੇ ਫੈਮਿਲੀ ਨੂੰ ਦਿਖਾਉਣ ਲਈ, ਕਿਉਂਕਿ ਸ਼ਾਇਦ ਜਿਹੋ ਜਿਹੇ ਲੋਕ ਉਦੋਂ ਹੁੰਦੇ ਸੀ, ਅੱਜ ਉਹੋ ਜਿਹੇ ਹੈ ਨਹੀਂ। ਜਿਵੇਂ ਕਿ ਅਸੀਂ ਤੁਹਾਡੀ ਗੱਲ ਕਰਦੇ ਹਾਂ, ਅਤੇ ਤੁਸੀਂ ਜਦੋਂ ਖਾਸ ਕਰਕੇ ਪੰਜਾਬੀ ਮੂਵੀ ਕਰਨੀ ਹੁੰਦੀ ਹੈ, ਅਤੇ ਉਦੋਂ ਕੀ ਅਟਰੈਕਟ ਕਰਦਾ, ਤੁਸੀਂ ਕੀ ਦੇਖਦੇ ਹੋ ਕਿ ਮੂਵੀ ਦੀ ਸਕ੍ਰਿਪਟ, ਜਾਂ ਫਿਰ ਐਕਟਰ ਡਾਇਰੈਕਟਰ, ਜਿਹੜਾ ਡਾਇਰੈਕਟਰ ਹੁੰਦਾ, ਪ੍ਰੋਡਿਊਸਰ ਹੁੰਦਾ, ਉਹ ਦੇਖਦੇ ਹੋ, ਜਾਂ ਫਿਰ ਖੁਦ ਹੀ ਕਮਿਟਮੈਂਟ ਹੈਗੀ ਹੈ ਕਿ ਮੈਂ ਸਾਲ ਦੇ ਵਿੱਚ ਇੱਕ ਪੰਜਾਬੀ ਮੂਵੀ ਜਿਹੜੀ ਉਹ ਕਰਨੀ ਹੈ? ਇੱਕ ਕਰਨੀ ਹੈ, ਕੋਈ ਵੀ ਠੋਕ ਦੋ, ਨਹੀਂ ਉਹੀ ਮੈਂ ਗੱਲ ਕਰ ਰਹੀ ਹਾਂ ਵੀ ਮੇਨ ਜਦੋਂ ਇੱਕ ਹੀ ਕਰਨੀ ਹੁੰਦੀ ਹੈ, ਤੁਸੀਂ ਇਹ ਸੋਚੋ ਕਈ ਵਾਰੀ ਗੈਪ ਵੱਡਾ ਵੀ ਹੋ ਜਾਂਦਾ ਜੀ, ਕਿਉਂਕਿ ਕੋਈ ਕਈ ਵਾਰੀ ਨਹੀਂ ਕੁਝ ਪਸੰਦ ਆਉਂਦਾ ਜਿਹੜਾ ਕੁਝ ਆ ਰਿਹਾ ਹੁੰਦਾ ਹੈ, ਜਾਂ ਜੀ ਦੇ ਉੱਤੇ ਕੰਮ ਹੋ ਰਿਹਾ ਹੁੰਦਾ ਉਸ ਤਰੀਕੇ ਨਾਲ ਨਹੀਂ ਨਿਕਲ ਕੇ ਆ ਰਿਹਾ ਹੁੰਦਾ ਜਿਵੇਂ ਤੁਸੀਂ ਚਾਹੁੰਦੇ ਹੋ, ਪਰ ਫਿਰ ਕਈ ਵਾਰੀ ਹਰ ਬੰਦੇ ਦੇ ਨਾਲ ਹੁੰਦਾ ਕਰੀਅਰ ਦੇ ਵਿੱਚ ਵੀ ਕੁਛ ਵੱਖਰਾ ਨਿਕਲ ਕੇ ਆਉਂਦਾ ਜਿਹਦੇ ਵਿੱਚ ਤੁਹਾਨੂੰ ਐਂ ਲੱਗਦਾ ਵੀ ਸਿਰਫ ਇਹ ਸਾਰੀ ਸ਼ੂਟਿੰਗ ਸਾਰਾ ਕੁਛ ਮੇਰੇ ਸਿਰ ਦੇ ਉੱਤੇ ਰੱਖ ਕੇ ਨਹੀਂ ਕੀਤਾ ਜਾ ਰਿਹਾ, ਇੱਕ ਕਹਾਣੀ ਦੇ ਸਿਰ ਦੇ ਉੱਤੇ ਰੱਖ ਕੇ ਕੀਤਾ ਜਾ ਰਿਹਾ। ਬਿਲਕੁਲ ਬਿਲਕੁਲ। ਸੋ ਜਸ ਜੀ, ਮੈਂ ਤੁਹਾਡੇ ਕੋਲੋਂ ਪੁੱਛਾਂ ਕਿ ਜਦੋਂ ਰੱਬ ਦਾ ਰੇਡੀਓ ਲਿਖੀ ਸੀਗੀ, ਤਾਂ ਆਲਰੇਡੀ ਉਹ ਮੂਵੀ ਹਿੱਟ ਗਈ ਸੀਗੀ, ਹੈ ਨਾ, ਬਹੁਤ ਪਸੰਦ ਕੀਤੀ ਗਈ ਸੀ, ਇੱਕ ਜਦੋਂ ਆਲਰੇਡੀ ਇੱਕ ਚੀਜ਼ ਤੁਹਾਡਾ ਇੱਕ ਪ੍ਰੋਜੈਕਟ ਇੰਨਾ ਹਿੱਟ ਹੋ ਜਾਂਦਾ, ਉਸ ਤੋਂ ਬਾਅਦ ਮੇਰੇ ਖਿਆਲ 'ਚ ਮੋਢੇ 'ਤੇ ਭਾਰ ਜਿਹੜਾ ਹੋਰ ਜ਼ਿਆਦਾ ਵੱਧ ਜਾਂਦਾ ਹੈ, ਕਿ ਬੰਦੇ ਨੂੰ ਹੁੰਦਾ ਹੈ ਕਿ ਹੁਣ ਮੈਂ ਉਸ ਤੋਂ ਵਧੀਆ ਚੀਜ਼ ਲਿਖਾਂ, ਕਿਉਂਕਿ ਲੋਕ ਮੇਰੇ ਤੋਂ ਬਹੁਤ ਕੁਝ ਐਕਸੈਪਟ ਕਰਦੇ ਨੇ। ਸੋ ਜਦੋਂ ਇਹ ਕਹਾਣੀ ਲਿਖਣ ਲੱਗੇ ਸੀ ਦਾਣਾ ਪਾਣੀ ਦੀ, ਤਾਂ ਉਦੋਂ ਇੱਦਾਂ ਦਾ ਕੁਝ ਪ੍ਰੈਸ਼ਰ ਸੀਗਾ? ਨਹੀਂ ਮੈਮ, ਪ੍ਰੈਸ਼ਰ ਤਾਂ ਨਹੀਂ ਸੀਗਾ, ਕਿਉਂਕਿ ਇੰਨਾ ਜ਼ਿਆਦਾ ਮੈਂ ਸੋਚਦਾ ਹੀ ਨਹੀਂ ਕਿ ਮੋਢਿਆਂ ਦੇ ਭਾਰ ਪੈ ਗਏ ਆ। ਸਟੋਰੀ ਮੈਨੂੰ ਆਉਂਦੀ ਹੈ ਜੀ, ਸੁੱਝਦੀ ਆ ਆਈਡੀਆ, ਹੈ ਨਾ, ਆਉਂਦਾ ਅਤੇ ਮੈਂ ਉਹਨੂੰ ਲਿਖ ਲੈਂਦਾ ਜੀ, ਅਤੇ ਠੀਕ ਆ, ਉਹ ਫਿਲਮ ਹਿੱਟ ਹੋਈ, ਰੱਬ ਦਾ ਸ਼ੁਕਰਾਨਾ ਕੀਤਾ ਜੀ, ਪਰ ਮੈਨੂੰ ਇੰਨਾ ਕੋਈ ਫੀਲ ਨਹੀਂ ਹੋਇਆ ਜੀ, ਅਤੇ ਇੰਨਾ ਕੋਈ ਭਾਰ ਨਹੀਂ ਸੀ, ਮਸਤ ਸੀ, ਵਧੀਆ ਸੀ।
ਜੀ ਤੇ ਜਿਵੇਂ ਕਿ ਹੁਣ ਇਹ ਮੂਵੀ ਹੈਗੀ ਆ 60s ਦੀ ਮੂਵੀ ਹੈਗੀ ਆ ਜਿਵੇਂ ਤੁਸੀਂ ਦੱਸਿਆ ਹੈ ਨਾ ਤੇ ਓਬਵੀਅਸ ਹੈ ਕਿ ਅਸੀਂ ਉਹ ਪੁਰਾਣਾ ਪੰਜਾਬ ਵੇਖਿਆ ਵੀ ਨਹੀਂ ਹੁੰਦਾ ਉਹ ਸਾਨੂੰ ਪਤਾ ਨਹੀਂ ਹੁੰਦਾ ਕਿ ਉੱਥੋਂ ਦੇ ਲੋਕ ਅਸੀਂ ਸੁਣੇ ਨੇ ਹੈ ਸਾਡੇ ਆਪਣੇ ਵੱਡੇ ਨੇ ਪਰ ਇਹ ਚੀਜ਼ ਅਸੀਂ ਉਹਨਾਂ ਨੂੰ ਉਸ ਟਾਈਮ ਨਹੀਂ ਦੇਖਿਆ ਕਿ ਉਹ ਕਿੱਦਾਂ ਦੇ ਹੋਣਗੇ ਬਾਕੀ ਪੰਜਾਬ ਕਿੱਦਾਂ ਦਾ ਹੋਏਗਾ ਮਾਹੌਲ ਕਿੱਦਾਂ ਦਾ ਹੋਏਗਾ ਸੋ ਜਦੋਂ ਉਸ ਮੂਵੀ ਨੂੰ ਲਿਖਦੇ ਹੋ ਤੇ ਉਦੋਂ ਖਾਸ ਕਰਕੇ ਇੱਦਾਂ ਦਾ ਕੀ ਸੋਚਦੇ ਹੋ ਕਿ ਉਹ ਪੁਰਾਣੇ ਪੰਜਾਬ ਨੂੰ ਪ੍ਰੋਪਰ ਉਸੇ ਤਰੀਕੇ ਦੇ ਨਾਲ ਕ੍ਰੀਏਟ ਕੀਤਾ ਜਾ ਸਕੇ ਕਿਉਂਕਿ ਆਲਰੇਡੀ ਅਸੀਂ ਉਸ ਜਗ੍ਹਾ 'ਤੇ ਗਏ ਤਾਂ ਹੈ ਨਹੀਂ ਮੈਮ ਇੱਕ ਚੈਲੰਜ ਹੁੰਦਾ ਉਹਨੂੰ ਕ੍ਰੀਏਟ ਕਰਨਾ ਉਵੇਂ ਇੱਕ ਪੂਰੀ ਟੀਮ ਹੁੰਦੀ ਹੈ ਸਾਡੀ ਹੈ ਨਾ ਡਾਇਰੈਕਟਰ ਮੈਂ ਅਸਿਸਟੈਂਟਸ ਨੇ ਅਤੇ ਫਿਰ ਜਿਹੜੇ ਐਕਟਰਸ ਨੂੰ ਐਕਟ ਕਰੀਦਾ ਉਹਨਾਂ ਨੂੰ ਵੀ ਜਿਹੜਾ ਜਿਹਨਾਂ ਨੂੰ ਰੱਖੀਦਾ ਉਹਨਾਂ ਨੂੰ ਵੀ ਦੱਸੀਦਾ ਕਿ ਬਈ ਤੁਸੀਂ ਉਹ ਪ੍ਰਿਪੇਅਰ ਕਰੋ ਆਪਦੇ ਲੈਵਲ 'ਤੇ ਇੱਕ ਸਰਵੇ ਕਰਦੇ ਨੇ ਇੱਕ ਰਿਸਰਚ ਕਰਦੇ ਨੇ ਅਸੀਂ ਆਪਦੇ ਲੈਵਲ 'ਤੇ ਕਰਦੇ ਹਾਂ ਬਜ਼ੁਰਗਾਂ ਨੂੰ ਪੁੱਛਦੇ ਹਾਂ ਪੁਰਾਣੀਆਂ ਐਲਬਮਸ ਦੇਖਦੇ ਹਾਂ ਫਿਰ ਉਹਨੂੰ ਪੇਸ਼ ਕਰਦੇ ਹਾਂ ਅਤੇ ਜਿਵੇਂ ਕਿ ਮੈਂ ਤੁਹਾਡੇ ਕੋਲ ਇਹੀ ਪੁੱਛਿਆ ਕਿ ਜਦੋਂ ਤੁਸੀਂ ਓਬਵੀਅਸ ਹੈ ਕਿ ਉਹੀ ਰੋਲ ਕੀਤਾ ਹੈ ਉਹੀ ਪੁਰਾਣੇ ਟਾਈਮ ਦੇ ਵਿੱਚ ਗਏ ਹੋ ਅਤੇ ਤੁਸੀਂ ਇਹਦੇ ਲਈ ਕੁਛ ਖਾਸ ਤਿਆਰੀ ਕੀਤੀ ਕੁਛ ਪੁਰਾਣੇ ਲੋਕਾਂ ਨੂੰ ਮਿਲੇ ਜਾਂ ਕੁਛ ਆਲਰੇਡੀ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਤਿਆਰੀ ਕੀਤੀ ਹੋਈ ਸੀ ਜੀ ਭਾਵੇਂ ਕੋਸਟਿਊਮ ਦੀ ਆਪਾਂ ਗੱਲ ਕਰੀਏ ਜਾਂ ਫਿਰ ਆਪਣਾ ਜਿਹੜਾ ਪੋਰਸ਼ਨ ਆਰਮੀ ਦਾ ਸੀਗਾ ਜਾਂ ਫਿਰ ਜਿਹੜਾ ਪੋਰਸ਼ਨ ਆਪਣਾ ਪਿੰਡਾਂ ਦੇ ਵਿੱਚ ਸੀਗਾ ਜੋ ਕੁਛ ਵੀ ਸੀਗਾ ਇੰਨੀ ਡਿਟੇਲ ਦੇ ਵਿੱਚ ਵੀ ਇਸ ਪਿੰਡ ਤੋਂ ਦੂਜੇ ਪਿੰਡ ਇੰਨਾ ਕੁ ਸਫ਼ਰ ਸੀਗਾ ਇੰਨੇ ਕਿਲੋਮੀਟਰ ਦੇ ਹਿਸਾਬ ਨਾਲ ਇੰਨਾ ਕੁ ਟਾਈਮ ਲੱਗੂਗਾ ਉੱਥੇ ਪਹੁੰਚਣ ਲਈ ਉਹ ਸਾਰੀ ਡਿਟੇਲਿੰਗ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕੀਤੀ ਹੋਈ ਸੀਗੀ ਸੋ ਇੰਨਾ ਔਖਾ ਨਹੀਂ ਹੁੰਦਾ ਜਦੋਂ ਇੰਨਾ ਕੰਮ ਹੋਇਆ ਆਲਰੇਡੀ ਬਿਲਕੁਲ ਜੀ ਬਿਲਕੁਲ ਅਤੇ ਵੈਸੇ ਜਿਵੇਂ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਕੰਮ ਕਰਦੇ ਹੋ ਅਤੇ ਇੱਥੇ ਵੀ ਕੰਮ ਕਰਦੇ ਹੋ ਬਾਲੀਵੁੱਡ ਦੇ ਵਿੱਚ ਵੀ ਅਤੇ ਹੁਣ ਦਾਣਾ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਦਾਣਾ ਪਾਣੀ ਕਿੱਥੋਂ ਦਾ ਜ਼ਿਆਦਾ ਵਧੀਆ ਲੱਗਦਾ ਜਾਂ ਕੀ ਡਿਫਰੈਂਟ ਹੈਗਾ ਦਾਣਾ ਪਾਣੀ ਬੋਂਬੇ ਦੇ ਦਾਣਾ ਪਾਣੀ ਅਤੇ ਪੰਜਾਬ ਦੇ ਦਾਣਾ ਪਾਣੀ ਦੇ ਵਿੱਚ ਕਿੰਨਾ ਕੁ ਫਰਕ ਹੈ ਤੁਸੀਂ ਨਹੀਂ ਡਿਸਾਈਡ ਕਰਦੇ ਜੀ ਕਿੱਥੇ ਦਾ ਦਾਣਾ ਪਾਣੀ ਤੁਹਾਨੂੰ ਚੰਗਾ ਲੱਗੂਗਾ ਜਾਂ ਤੁਸੀਂ ਕੀ ਕਰਨਾ ਇਹ ਰੱਬ ਦੀ ਰਜ਼ਾ ਹੁੰਦੀ ਹੈ ਇਹ ਆਲਰੇਡੀ ਲਿਖਿਆ ਹੁੰਦਾ ਹੈ ਉਹਨੇ ਵੀ ਇਸ ਬੰਦੇ ਦਾ ਦਾਣਾ ਪਾਣੀ ਇੱਥੇ ਹੋਊਗਾ ਉਹ ਦਾਣਾ ਪਾਣੀ ਤੁਹਾਨੂੰ ਉੱਥੇ ਲੈ ਕੇ ਜਾਂਦਾ ਹੀ ਜਾਂਦਾ ਹੈ ਓਕੇ ਜਦੋਂ ਅਸੀਂ ਕੋਈ ਵੀ ਮੂਵੀ ਕਰਦੇ ਹਾਂ ਤਾਂ ਇੱਕ ਖਾਸ ਐਕਸਪੀਰੀਅੰਸ ਜਿਹੜਾ ਹਰ ਮੂਵੀ ਦੇ ਨਾਲ ਜੁੜਿਆ ਹੁੰਦਾ ਪਹਿਲਾਂ ਆਪਾਂ ਇਸ ਮੂਵੀ ਦੀ ਗੱਲ ਕਰਦੇ ਹਾਂ ਕਿ ਇਸ ਮੂਵੀ ਦੀ ਕੋਈ ਅੱਛੀ ਜਿਹੀ ਯਾਦ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਆਈ ਕੋਈ ਖਾਸ ਪੁੱਛ ਰਹੇ ਹਾਂ ਜੀ ਮੈਨੂੰ ਪੁੱਛ ਰਹੇ ਹਾਂ ਮੈਂ ਸੋਚਿਆ ਦਰੂ ਨਹੀਂ ਮੈਂ ਜਿੰਮੀ ਜੀ ਦੋਨੇ ਹੀ ਦੱਸ ਦਿਓ ਇੱਕ ਇੱਕ ਪਲ ਦੱਸੋ ਹੀ ਪਹਿਲਾਂ ਦੱਸੋ ਸੋਚਾਂ 'ਚ ਪੈ ਗਏ ਗਿਆ ਸੀ ਪੱਥਰ ਜੀ ਮਨਾਲੀ ਜਾ ਕੇ ਸ਼ੂਟ ਕਰਨਾ ਬੜਾ ਔਖਾ ਸੀਗਾ ਅਸੀਂ ਬਹੁਤ ਜ਼ਿਆਦਾ ਹਾਈਟ 'ਤੇ ਜਿੱਥੇ ਆਕਸੀਜਨ ਵੀ ਘੱਟ ਗਈ ਸੀ ਮਨਾਲੀ ਤੋਂ ਕਾਫੀ ਅੱਗੇ ਅਤੇ ਬਰਫ਼ ਵੀ ਬਹੁਤ ਜ਼ਿਆਦਾ ਸੀ ਉਹ ਸੀਗਾ ਅਤੇ ਯਾਦਾਂ ਤਾਂ ਉਹੀ ਨੇ ਇੱਕ ਵਾਰ ਤਾਂ ਪਹਾੜ 'ਤੇ ਚੜ੍ਹਦੇ ਸੀ ਉੱਪਰ ਜਾ ਕੇ ਸ਼ਾਟ ਦੇਣਾ ਹੁੰਦਾ ਸੀ ਨਾਲ ਹੁੰਦੇ ਸੀ ਸਾਰੇ ਅਤੇ ਉਹ ਗਿਰਿਆ ਮੈਂ ਬਹੁਤ ਬੁਰੀ ਤਰ੍ਹਾਂ ਪੱਥਰ 'ਤੇ ਸਗੋਂ ਹੱਥ 'ਤੇ ਖੂਨ ਵੀ ਨਿਕਲ ਆਇਆ ਸੀ ਸੱਟ ਵੀ ਲੱਗੀ ਇੱਕ ਵਾਰੀ ਤਾਂ ਐਂ ਲੱਗਿਆ ਸੀ ਵੀ ਗਿਆ ਸਾਡਾ ਰਾਈਟਰ ਇੱਕ ਸਾਡਾ ਦੋਸਤ ਆ ਜੀ ਉਹ ਭਾਜੀ ਦਾ ਇੱਕ ਸੀਨ ਆ ਅੱਜ ਕੱਲ੍ਹ ਟੀ ਵੀ 'ਤੇ ਚੱਲ ਰਿਹਾ ਕਿ ਉਹ ਉੱਤਰ ਰਹੇ ਨੇ ਪਹਾੜ ਤੋਂ ਨੀਚੇ ਉੱਤਰ ਰਹੇ ਨੇ ਇੱਕ ਬੰਦਾ ਜੀਪ ਚਲਾ ਰਿਹਾ ਭਾਜੀ ਬੈਠੇ ਨੇ ਬਿਸਤਰਾ ਲੈ ਕੇ ਰਹੇ ਨੇ ਇੱਕ ਪਿੱਛੇ ਬੈਠਾ ਉਹ ਸਾਡਾ ਦੋਸਤ ਆ ਸਿੱਧੂ ਉਹ ਕਹਿੰਦਾ ਮੈਂ ਬੈਠਣਾ ਉਹ ਥੋੜ੍ਹਾ ਕਮਜ਼ੋਰ ਸਿਹਤ ਦਾ ਵਿਚਾਰਾ ਐਂ ਬੈਠਿਆ ਐਂ ਲੱਗ ਰਿਹਾ ਜਿਵੇਂ ਉਹਨੂੰ ਦਵਾਈ ਦਵਾਉਣ ਚੱਲੇ ਸੋ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਜੀ ਜੀ ਅਤੇ ਹੁਣ ਤੁਸੀਂ ਵੀ ਦੱਸ ਦਿਓ ਮੇਰੇ ਲਈ ਤਾਂ ਪੂਰੀ ਫਿਲਮ ਸਪੈਸ਼ਲ ਹੈ ਜੀ ਮੈਂ ਬਹੁਤ ਇੰਜੋਏ ਕੀਤਾ ਇਸ ਫਿਲਮ ਨੂੰ ਕਰਨ ਲੱਗੇ ਅਤੇ ਸਪੈਸ਼ਲੀ ਹੁਣ ਜਿਵੇਂ ਅਸੀਂ ਗੱਲ ਕਰ ਰਹੇ ਸੀ ਆਪ ਮਨਾਲੀ ਦੇ ਵਿੱਚ ਜਿਹੜਾ 2-2.5 ਘੰਟੇ ਡਰਾਈਵ ਕਰਕੇ ਉੱਤੇ ਜਾਣਾ ਜਿੱਥੇ ਜਾਣੀ ਇੱਕ ਛੋਟੀ ਗੱਡੀ ਜਾ ਸਕਦੀ ਹੈ ਕੋਈ ਵੱਡੀ ਗੱਡੀ ਨਹੀਂ ਜਾ ਸਕਦੀ ਕੋਈ ਕੁਛ ਨਹੀਂ ਉੱਥੇ ਟੈਂਟ ਟੁੰਟ ਜਿਹੇ ਲਾਏ ਹੋਏ ਸੀ ਸਵੇਰੇ 7 ਵਜੇ ਕੰਮ ਸਟਾਰਟ ਕਰਦੇ ਸੀ ਸ਼ਾਮ ਦੇ 7 ਵਜੇ ਤੱਕ ਕਿਉਂਕਿ ਐਨ ਹਾਈਟ 'ਤੇ ਸੀਗਾ ਉਹ ਸੋ ਸਨਡਾਊਨ ਵੀ ਇੰਨੀ ਛੇਤੀ ਨਹੀਂ ਹੁੰਦਾ ਸੀਗਾ ਬਹੁਤ ਠੰਡ ਸੀ ਉਸ ਥਾਂ 'ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਅੱਜ ਤੱਕ ਕੋਈ ਸ਼ੂਟਿੰਗ ਕੀਤੀ ਹੈ ਕੁਛ ਇਹੋ ਜਿਹਾ ਸਪੈਸ਼ਲ ਜਿਹਾ ਏਰੀਆ ਸੀ ਪਤਾ ਨਹੀਂ ਕਿੱਥੋਂ ਪਰਮਿਸ਼ਨ ਲੈ ਕੇ ਇਹਨਾਂ ਨੇ ਉੱਥੇ ਸ਼ੂਟਿੰਗ ਕੀਤੀ ਸੋ ਇੱਕ ਉਹ ਸੀਗਾ ਵਧੀਆ ਜੀ ਬਾਕੀ ਜਿਹੜਾ ਗੰਗਾਨਗਰ 'ਚ ਵੀ ਜਦੋਂ ਅਸੀਂ ਸ਼ੂਟ ਕੀਤਾ ਬਹੁਤ ਜ਼ਿਆਦਾ ਇੰਜੋਏ ਕੀਤਾ ਉੱਥੇ